ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਸਤੰਬਰ ਦੀ ਭਰਤੀਆਂ ਦਾ ਹੈ ਜਿਸ ਦੇ ਵਿੱਚ ਸਰਕਾਰੀ ਨੌਕਰੀ ਦੇ ਪੰਜ ਫਾਰਮ ਤੁਹਾਨੂੰ ਜਿਹੜੇ ਨੇ ਜ਼ਰੂਰ ਭਰਨੇ ਚਾਹੀਦੇ ਨੇ ਜਿਸ ਦੇ ਵਿੱਚ ਲੇਟੈਸਟ ਵੈਕੈਂਸੀਜ਼ ਵੀ ਨੇ ਪ੍ਰਾਣੀਆਂ ਵੀ ਨੇ ਜਿਹਦੇ ਲਈ ਤੁਸੀਂ ਹਲੇ ਤੱਕ ਅਪਲਾਈ ਨਹੀਂ ਕੀਤਾ ਤਾਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਪੋਸਟਾਂ ਦੀ ਗੱਲ ਕਰਾਂ ਤਾਂ 1 ਲੱਖ ਤੋਂ ਉੱਪਰ ਪੋਸਟਾਂ ਨੇ ਟੋਟਲੀ ਜਿਹੜੀਆਂ ਵੇ ਸਾਰੀਆਂ ਵੈਕੈਂਸੀਜ਼ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਸਾਰੇ ਕੈਂਡੀਡੇਟ ਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਕਿੱਦਾਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਸੋ ਵੀਡੀਓ ਥੋੜੀ ਜਿਹੀ ਲੰਬੀ ਹੋਏਗੀ ਜੀ ਤੋ ਵੀਡੀਓ ਨੂੰ ਪੂਰਾ ਵੀ ਜ਼ਰੂਰ ਦੇਖਿਓ ਤਾਂ ਕਿ ਸਾਰੇ ਅਪਡੇਟ ਤੁਹਾਨੂੰ ਟਾਈਮ ਸਿਰ ਮਿਲਦੇ ਰਹਿਣ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਲੇਕਿਨ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਔਰ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋਣ ਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪੋਸਟ ਆਫਿਸ ਦੀਆਂ ਵੈਕੈਂਸੀਸ ਜਿਹੜੀਆਂ ਨੇ 98000 ਪੋਸਟਾਂ ਜਿਹੜੀਆਂ ਨੇ ਉਹਦੇ ਲਈ ਨੋਟੀਫਿਕੇਸ਼ਨ ਜਿਹੜਾ ਇਹ ਜੀ ਰਿਲੀਜ਼ ਕੀਤਾ ਗਿਆ ਹੈ ਜਲਦੀ ਇਹ ਨੋਟੀਫਿਕੇਸ਼ਨ ਜਿਹੜਾ ਇਹਦੇ ਲਈ ਅਪਲਾਈ ਕਰਨਾ ਸਟਾਰਟ ਹੋ ਜਾਵੇਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਇਹ ਇਹਨਾਂ ਨੇ ਸਰਕਲ ਵਾਈਜ਼ ਜਿਹੜੀਆਂ ਵੈਕੈਂਸੀਸ ਨੇ ਉਹ ਆਊਟ ਕੀਤੀਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਹੈ ਜੀ ਪੋਸਟਮੈਨ ਦੀ ਹੈ ਨੈਕਸਟ ਹੈ ਜੀ ਮੀਲ ਗਾਰਡ ਦੀ ਔਰ ਐਮਟੀਐਸ ਦੀਆਂ ਇਹ ਤਿੰਨ ਤਰ੍ਹਾਂ ਦੀਆਂ ਵੈਕੈਂਸੀਜ਼ ਹੋਣਗੀਆਂ ਇੱਥੇ ਅਗਰ ਅਸੀਂ ਪੰਜਾਬ ਸਰਕਲ ਦੀ ਗੱਲ ਕਰੀਏ ਤਾਂ 17ਵੇਂ ਨੰਬਰ ਤੇ ਪੰਜਾਬ ਸਰਕਲ ਜਿਹੜਾ ਹੈ ਜੀ ਉਹ ਤੁਸੀਂ ਇਹਨੂੰ ਦੇਖ ਪਾ ਰਹੇ ਹੋ ਇਹ ਤੁਸੀਂ ਦੇਖ ਹੀ ਪਾ ਰਹੇ ਹੋ ਇੱਥੇ ਅਗਰ ਅਸੀਂ ਗੱਲ ਕਰੀਏ ਸਭ ਤੋਂ ਪਹਿਲੀ ਪੋਸਟ ਲਈ 1824 ਪੋਸਟਾਂ ਨੇ ਦੈਨ 29 ਪੋਸਟਾਂ ਨੇ ਤੇ 1178 ਪੋਸਟਾਂ ਜਿਹੜੀਆਂ ਨੇ ਟੋਟਲ ਜਿਹੜੀਆਂ ਐਮਟੀਐਸ ਦੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਸੋ ਇਸ ਦੇ ਵਿੱਚ ਸੋ ਮੇਲਗਾਰਡ ਤੇ ਪੋਸਟਮੈਨ ਦੀਆਂ ਮੇਲਗਾਰਡ ਦੀਆਂ ਕਟਨੀ ਪੋਸਟਮੈਨ ਅਤੇ ਐਮਟੀਐਸ ਦੀਆਂ ਵੈਕੈਂਸੀਸ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਨੇ ਜਿਸ ਦੇ ਵਿੱਚ ਸਟੈਂਥ 12th ਵਾਲੇ ਕੈਂਡੀਡੇਟ ਨੇ ਉਹ एलिਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ ਸੋ ਇਹਦੇ ਲਈ ਜਲਦੀ ਹੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤਾ ਜਾਏਗਾ ਕਿ ਅਪਲਾਈ ਕਰ ਤੋਂ ਸਟਾਰਟ ਹੋਏਗਾ ਇਹ ਸਾਰੇ ਸਰਕਲ ਦੀਆਂ ਟੋਟਲ ਵੈਕੈਂਸੀਸ ਦੀ ਗੱਲ ਕਰੀਏ ਤਾਂ 98000 ਪੋਸਟਾਂ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਜਾਣੀਆਂ ਨੇ ਜਿਸ ਦੇ ਵਿੱਚ ਪੋਸਟਮੈਨ ਦੀਆਂ ਜਿਹੜੀਆਂ ਨੇ 58000 ਨੇ ਠੀਕ ਹੈ ਜੀ 1445 ਪੋਸਟਾਂ ਮਲਟੀ ਸੋਰੀ ਮੇਲਗਾਰਡ ਦੀਆਂ ਨੇ ਤੇ ਐਮਟੀ ਸੋ ਇਹ ਨੋਟੀਫਿਕੇਸ਼ਨ ਜਲਦੀ ਆਏਗਾ ਜਿੱਦਾਂ ਹੀ ਆਏਗਾ ਮੈਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾ ਦਵਾਂਗਾ ਜੀ ਸੋ ਤੁਸੀਂ ਚੈੱਕ ਕਰਕੇ ਅਪਲਾਈ ਕਰ ਪਾਉਗੇ ਸੋ ਇਹ ਨੋਟੀਫਿਕੇਸ਼ਨ ਜਿਹੜਾ 11/8/2022 ਨੂੰ ਰਿਲੀਜ਼ ਕੀਤਾ ਗਿਆ ਸੀਗਾ ਇਸੇ ਤਰ੍ਹਾਂ ਸਾਰੇ ਅਪਡੇਟ ਤੁਹਾਨੂੰ ਮਿਲਦੇ ਰਹਿਣਗੇ ਹੁਣ ਅਸੀਂ ਗੱਲ ਕਰ ਲੈਣੇ ਆ ਸੈਕੰਡ ਅਪਡੇਟ ਦੇ ਬਾਰੇ ਵਿੱਚ ਅਗਲਾ ਨੋਟੀਫਿਕੇਸ਼ਨ HDFC ਬੈਂਕ ਪ੍ਰਾਈਵੇਟ ਲਿਮਟਿਡ ਵੱਲੋਂ ਜਾਰੀ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੈ 올 ਇੰਡੀਆ ਵੈਕੈਂਸੀਸ ਹੁੰਦੀਆਂ ਨੇ ਜੀ 올 ਇੰਡੀਆ ਤਾਂ ਤੁਸੀਂ ਲੋਕੇਸ਼ਨ ਵਾਈਜ਼ ਆਪਣੇ ਕੈਂਡੀਡੇਟ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਤੇ ਇਹਦੇ ਲਈ ਕੋਈ ਵੀ ਓਪਨਿੰਗ ਜਿਹੜੀਆਂ ਲਾਸਟ ਡੇਟ ਨਹੀਂ ਹੁੰਦੀ ਜਦੋਂ ਵੀ ਨੋਟੀਫਿਕੇਸ਼ਨ ਰਿਲੀਜ਼ ਹੁੰਦਾ ਹੈ ਉਸ ਤੋਂ ਬਾਅਦ ਜਦ ਤੱਕ ਭਰਤੀ ਜਿਹੜੀ ਹੈ ਫੁੱਲਫਿਲ ਨਹੀਂ ਹੋ ਜਾਂਦੀ ਤਦ ਤੱਕ ਉਹ ਓਪਨ ਰਹਿੰਦੀ ਹੈ ਕੋਈ ਵੀ ਕੈਂਡੀਡੇਟ ਉਹਦੇ ਲਈ ਅਪਲਾਈ ਕਰ ਸਕਦਾ ਜਿਹੜਾ ਐਲੀਜੀਬਲ ਹੈ ਸੋ ਇਸ ਦੇ ਲਈ 올 ਇੰਡੀਆ ਤੋਂ ਮੇਲ ਫੀਮੇਲ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਇਵਨ ਕਿ ਅਦਰ ਲੋਕੇਸ਼ਨਸ ਤੋਂ ਪਰਸੋਨਲ ਬੈਂਕਰ ਦੀ ਉਸ ਤੋਂ ਬਾਅਦ ਆਉਂਦੀ ਹੈ ਜੀ ਤੁਹਾਡੀ ਰਿਲੇਸ਼ਨਸ਼ਿਪ ਮੈਨੇਜਰ ਆਰਆਰਬੀ ਰਿਲੇਸ਼ਨਸ਼ਿਪ ਮੈਨੇਜਰ ਦੀ ਪ੍ਰੋਸੈਸਡ ਐਗਜ਼ੀਕਿਊਟਿਵ ਰਿਸਕ ਮੈਨੇਜਰ ਆਰਮ ਸਰਵਿਸਿਜ਼ ਉਸ ਤੋਂ ਬਾਅਦ ਸੇਲਸ ਮੈਨੇਜਰ ਕਸਟਮਰ ਸਰਵਿਸਿਜ਼ ਟ੍ਰੇਡ ਸੇਲਸ ਮੈਨੇਜਰ ਸੇਲਸ ਮੈਨੇਜਰ ਫਾਈਨਾਂਸ ਸੇਲਸ ਮੈਨੇਜਰ ਰਿਕਵਰੀ ਸੇਲਜ਼ ਮੈਨੇਜਰ 4x ਪ੍ਰੋਜੈਕਟ ਮੈਨੇਜਰ ਏਰੀਆ ਕਲੈਕਸ਼ਨ ਮੈਨੇਜਰ ਆਊਟਰੀਚ ਮੈਨੇਜਰ ਅਥੋਰਾਈਜ਼ਰ ਬ੍ਰਾਂਚ ਸੇਲ ਮੈਨੇਜਰ ਔਰ ਇਸੇ ਦੇ ਨਾਲ ਜਿਹੜਾ ਹੈ ਜੀ ਏਰੀਆ ਸੇਲਜ਼ ਮੈਨੇਜਰ ਦੀ ਵੈਕੈਂਸੀਸ ਜਿਹੜੀਆਂ ਨੂੰ ਆਊਟ ਕੀਤੇ ਜਾਂਦੇ ਨੇ ਔਰ इवन ਕਿ ਬੈਕ ਆਫਿਸ ਦੀਆਂ ਵੈਕੈਂਸੀਸ ਵੀ ਆਊਟ ਹੁੰਦੀਆਂ ਨੇ ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਇੱਥੇ ਕਿ ਐਚਡੀਐਫਸੀ ਬੈਂਕ ਰਿਕਰੂਟਮੈਂਟ ਦੇ ਲਈ ਆਨਲਾਈਨ ਤੁਸੀਂ ਅਪਲਾਈ ਕਰਨਾ ਹੈ ਨੋਟੀਫਿਕੇਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਮਤਲਬ ਦੋਨਾਂ 'ਚ ਇੱਕ ਹੀ ਲਿੰਕ ਹੈ ਜਿੱਦਾਂ ਤੁਸੀਂ ਕਲਿੱਕ ਕਰੋਗੇ ਇਹਨਾਂ ਦੀ ਅਫੀਸ਼ੀਅਲ ਵੈਬ ਔਰ ਪੰਜਾਬ ਲੋਕੇਸ਼ਨ ਦੇ ਲਈ ਪੰਜਾਬ ਹੀ ਰੋੜੀ ਜਿਹੜੀ ਜਿਹੜੀ ਰਹੇਗੀ ਲੋਕੇਸ਼ਨ ਜਿਹੜੀਆਂ ਪੋਸਟਾਂ ਹੋਣਗੀਆਂ ਉਹਦੇ ਲਈ ਸੋ ਉਹਦੇ ਲਈ ਤੁਸੀਂ ਚੈੱਕ ਕਰਕੇ ਅਪਲਾਈ ਕਰਨਾ ਹੈ ਕਿਹੜੀ ਲੋਕੇਸ਼ਨ ਲਈ ਤੁਸੀਂ ਅਪਲਾਈ ਜਿਹੜਾ ਉਹ ਕਰ ਰਹੇ ਹੋ ਜੀ ਇਹਦੇ ਲਈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਸੋ ਉਸੇ ਦੇ ਨਾਲ ਜਿੰਨਾ ਕੈਂਡੀਡੇਟ ਨੂੰ ਐਕਸਪੀਰੀਅੰਸ ਹੈ ਉਹ ਵੀ ਅਪਲਾਈ ਕਰ ਸਕਦੇ ਨੇ ਫਰੈਸ਼ਰਸ ਦੇ ਲਈ ਫਰੈਨਚਰ ਲਿਖਿਆ ਹੁੰਦਾ ਜੀ ਉੱਤੇ ਸੋ ਪਰਸਨਲ ਇੰਟਰਵਿਊ ਹੋਏਗੀ ਤੁਹਾਡੀ ਗਰੁੱਪ ਡਿਸਕਸ਼ਨ ਹੋ ਸਕਦੀ ਹੈ ਉਸੇ ਦੇ ਬੇਸਿਸ ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਉਹ ਹੋਣੀ ਹੈ ਸੋ ਕਦੀ ਵੀ ਐਚਟੀਐਫ ਐਪਲੀਕੇਸ਼ਨ ਫੀ ਜਾਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਕਿਸੇ ਨੂੰ ਨਹੀਂ ਦੇਣਾ ਚਾਹੀ ਕੋਈ ਥਰਡ ਪਾਰਟੀ ਕਾਲ ਕਰਦਾ ਹੈ ਤਾਂ ਤੁਸੀਂ ਡਾਇਰੈਕਟਿੰਗ ਦੀ ਵੈਬਸਾਈਟ ਤੋਂ ਅਪਲਾਈ ਕਰ ਰਹੇ ਹੋ ਤਾਂ ਮਾਈਟ ਬੀ ਹੋ ਸਕਦਾ ਤੁਹਾਨੂੰ ਕੋਈ ਸਪੈਮ ਕਾਲਸ ਵੀ ਆਉਣ ਸੋ ਉਹਦੇ ਰਿਲੇਟਡ ਤੁਸੀਂ ਅਵੇਅਰ ਰਹਿਣਾ ਹੈ ਜੀ ਸਿਰਫ ਔਰ ਸਿਰਫ ਐਸਜੀਓਸੀ ਬੈਂਕ ਨੂੰ ਹੀ ਆਪਣੀ ਇੰਟਰਵਿਊ ਔਰ ਡਿਟੇਲਸ ਦੇਣੀਆਂ ਨੇ ਬੈਂਕ ਡਿਟੇਲ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਪਰਸਨਲ ਡਾਟਾ ਸ਼ੇਅਰ ਨਹੀਂ ਕਰਨਾ ਹੈ ਜੀ ਸੋ ਇਹ ਸੈਕੰਡ ਨੋਟੀਫਿਕੇਸ਼ਨ ਸੀ ਹੁਣ ਅਸੀਂ ਗੱਲ ਕਰਦੇ ਹਾਂ ਥਰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਅਗਲੀ ਪੋਸਟ ਜਿਹੜੀ ਹੈ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਿਹੜੀਆਂ ਲਾਈਨਮੈਨ ਦੀਆਂ ਮਤਲਬ ਏ ਐਲ ਐਮ ਦੀਆਂ ਵੈਕੈਂਸੀਜ਼ ਆਈਆਂ ਸੀ ਅਸਿਸਟੈਂਟ ਲਾਈਨਮੈਨ ਦੀਆਂ 1690 ਵੈਕੈਂਸੀਜ਼ ਉਹਦੇ ਲਈ ਜਿਹੜੀ ਹੈ ਜੀ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ ਨੂੰ ਦੁਬਾਰਾ ਤੋਂ ਐਕਸਟੈਂਡ ਕੀਤਾ ਗਿਆ ਹੈ ਜੋ ਕਿ 9 9 2022 ਤੱਕ ਤੁਸੀਂ ਅਪਲਾਈ ਇਹਦੇ ਲਈ ਕਰ ਸਕਦੇ ਹੋ ਜੀ ਮਾਫੀ ਚਾਹੁੰਗਾ ਵੀ ਨੋ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹ ਨੋਟੀਫਿਕੇਸ਼ਨ ਦੁਬਾਰਾ ਉਹਨਾਂ ਨੇ ਜਿਹੜਾ ਜੀ ਰੀ オーਰੀ ਓਪਨ ਕਰ ਦਿੱਤਾ ਹੈ ਸੋ ਜਿਹੜੇ ਕੈਂਡੀਡੇਟ ਨੇ ਹਾਲ ਤੱਕ ਅਪਲਾਈ ਨਹੀਂ ਕੀਤਾ ਸੀਗਾ ਜਾਂ ਫਿਰ ਜਿਹੜੇ ਐਲੀਜੀਬਲ ਸੀਗਾ ਇਨਸਾਨ ਲੇਕਿਨ ਅਪਲਾਈ ਨਹੀਂ ਕਰ पाए ਉਹ ਇਹਦੇ ਲਈ ਦੁਬਾਰਾ ਤੋਂ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਜਿਹੜੀ ਵੀ ਕੈਂਡੀਡੇਟ ਐਲੀਜੀਬਲ ਨੇ ਜ਼ਰੂਰ ਅਪਲਾਈ ਕਰਨ ਇਹਦੇ ਵਿੱਚ ਮੇਨ ਜਿਹੜੀ ਮੰਗੀ ਗਈ ਹੈ ਜੀ ਆਈਟੀਆਈ ਮੰਗੀ ਗਈ ਹੈ ਪਲੱਸ ਇਸ ਦੇ ਨਾਲ ਪ੍ਰੈਨਸ਼ਿਪ ਜਿਹੜੀ ਹੈ ਜੀ ਉਹ ਹੋਣੀ ਜ਼ਰੂਰੀ ਹੋਏਗੀ ਜਿਹਨਾਂ ਕੈਂਡੀਡੇਟ ਕੋ ਹਾਇਰ ਐਜੂਕੇਸ਼ਨ ਕੁਆਲਿਫਿਕੇਸ਼ਨ ਹੈਗੀ ਹੈ ਉਹ ਵੀ ਉਹ ਹੋਣੀ ਜ਼ਰੂਰੀ ਹੋਏਗੀ ਸੋ ਬਾਕੀ एलिਜੀਬਿਲਟੀ ਤੁਸੀਂ ਨੋਟੀਫਿਕੇਸ਼ਨ ਚੋਂ ਪੜ੍ਹ ਲੈ ਸਕਦੇ ਹੋ ਜੀ ਸੋ ਜਿਹੜੇ ਕੈਂਡੀਡੇਟ ਨੇ ਅਪਲਾਈ ਨਹੀਂ ਕੀਤਾ ਜਲਦੀ ਨਾਲ ਜਾ ਕੇ ਇਹਨਾਂ ਲਈ ਅਪਲਾਈ ਉਹ ਕਰ ਲੈਣ ਜੀ ਇਹ ਦੁਬਾਰਾ ਤੋਂ ਉਹਨਾਂ ਨੇ ਰੀਓਪਨ ਜਿਹੜਾ ਨੋਟੀਫਿਕੇਸ਼ਨ ਹੈ ਉਹ ਕਰ ਦਿੱਤਾ ਹੈ ਹੁਣ ਅਸੀਂ ਗੱਲ ਕਰ ਲੈਣੇ ਆ ਫੋਰਥ ਨੋਟੀਫਿਕੇਸ਼ਨ ਦੀ ਨੈਕਸਟ ਨੋਟੀਫਿਕੇਸ਼ਨ ਜਿਹੜਾ ਹੈ ਜੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਜਿੱਦਾਂ ਕਿ ਡੀਆਰਡੀਓ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਸ ਦੇ ਵਿੱਚ ਤੁਹਾਡੀ ਸੈਲਰੀ 18000 ਤੋਂ ਲੈ ਕੇ 55100 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਹਦੇ ਲਈ ਅਪਲਾਈ ਇਸ ਤੋਂ ਬਾਅਦ ਅਪਲਾਈ ਆਨਲਾਈਨ ਜਿਹੜਾ 3 ਤਰੀਕ ਤੋਂ ਆਲਰੇਡੀ ਸਟਾਰਟਡ ਹੈ ਤੇ 23 ਸਤੰਬਰ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਏਗਾ ਇਹਦੇ ਵਿੱਚ ਤੁਹਾਡਾ ਸਿਲੈਕਸ਼ਨ ਪਰਸੈਂਟ ਜਿਹੜਾ ਹੈ ਜੀ ਰਿਟਰਨ ਇਗਜ਼ਾਮ ਹੋਏਗਾ ਟੂ ਸਟੇਜਿਸ ਹੋਏਗਾ ਹੋਗੇ ਮੈਂ ਤੁਹਾਨੂੰ ਦੱਸਾਂਗਾ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਵੈਕੈਂਸੀਜ਼ ਦੀ ਤਾਂ ਪਹਿਲੀ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ ਸੀਨੀਅਰ ਟੈਕਨੀਸ਼ੀਅਨ ਅਸਿਸਟੈਂਟ ਦੀ ਹੈ ਜਿਸ ਦੇ ਲਈ 18 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਬਾਅਦ ਚ ਟੈਕਨੀਸ਼ੀਅਨ A ਦੀ ਵੈਕੈਂਸੀਜ਼ ਨੇ 18 ਤੋਂ 28 ਸਾਲ ਤੱਕ ਦੇ ਕੈਂਡੀਡੇਟ ਲੀ ਸਿਰਫ 100 ਹੈ ਬਾਕੀ ਸਾਰੇ ਲਈ ਨਿਲ ਹੈ ਕੋਈ ਐਪਲੀਕੇਸ਼ਨ ਫੀਸ ਤੁਸੀਂ ਪੇ ਨਹੀਂ ਕਰਨੀ ਹੈ ਔਨਲਾਈਨ ਐਪਲੀਕੇਸ਼ਨ ਫੀ ਪੇ ਕਰਨੀ ਹੋਏਗੀ ਜਿਹੜੇ ਜਨਰਲ ਤੇ OBC ਕੈਂਡੀਡੇਟ ਹੈ ਤੇ ਅਪਲਾਈ ਵੀ ਤੁਸੀਂ ਔਨਲਾਈਨ ਹੀ ਕਰਨਾ ਹੋਏਗਾ ਜੀ ਨੈਕਸਟ ਅਗਰ ਗੱਲ ਕਰੀਏ ਇਹਦੇ ਲਈ ਕਿ ਇਹਦੇ ਲਈ ਅਪਲਾਈ ਕਰਨ ਦੀ ਲਿੰਕ ਤੁਹਾਨੂੰ ਮਿਲ ਜਾਣਗੇ ਜਿੱਦਾਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ ਸਭ ਤੋਂ ਪਹਿਲਾ ਜਿਹੜਾ ਨੋਟੀਫਿਕੇਸ਼ਨ PDF ਦਾ ਹੈ ਔਰ ਸੈਕੰਡ ਨੋਟੀਫਿਕੇਸ਼ਨ ਅਪਲਾਈ ਕਰਨ ਦਾ ਤੁਸੀਂ ਅਪਲਾਈ ਕਰਨ ਦੇ ਲਈ ਸਿੰਪਲੀ ਰਜਿਸਟ੍ਰੇਸ਼ਨ ਕੰਪਲੀਟ ਕਰਨੀ ਹੈ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਦੈਨ ਲੌਗਇਨ ਕਰਕੇ ਔਨਲਾਈਨ ਐਪਲੀਕੇਸ਼ਨ ਫਾਰਮ ਜਿਹੜਾ ਹੈ ਜੀ ਉਹ ਤੁਸੀਂ ਵਿਚ ਕਿ 10th 12th ਅਤੇ ITI ਵਾਲੇ ਕੈਂਡੀਡੇਟ ਨਹੀਂ ਕੁਇਲਿਜੀਬਲ ਹੋਣਗੇ ਤੇ ਅਪਲਾਈ ਕਰ ਸਕਦੇ ਨਹੀਂ ਇਹਦੇ ਵਿੱਚ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਟਾਇਰ 1 ਟਾਇਰ 2 ਦੋ ਤਰ੍ਹਾਂ ਦੇ ਤੁਹਾਡੇ ਜਿਹੜੇ ਨੇ ਇਸ ਦੇ ਵਿੱਚ ਰਿਟਨ ਟੈਸਟ ਹੋਣੇ ਨੇ ਉਸੇ ਦੇ ਬੇਸ 'ਤੇ ਸਿਲੈਕਸ਼ਨ ਤੁਹਾਡੀ ਹੋਣ ਵਾਲੀ ਹੈ ਜੀ ਬਾਕੀ ਇਹਦੇ ਲਈ ਨੋਟੀਫਿਕੇਸ਼ਨ ਤੁਸੀਂ ਰੀਡ ਆਊਟ ਕਰ ਲੈਣਾ ਪੂਰੀ ਡਿਟੇਲ ਦੇ ਲਈ ਜੀ ਇਹਦੇ ਵਿੱਚ ਜਿਹੜੀਆਂ ਟੋਟਲ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ 1900 ਨੇ ਜਿਹੜੀਆਂ ਕੀ ਆਊਟ ਕੀਤੀਆਂ ਗਈਆਂ ਨੇ ਜਲਦੀ ਨਾਲ ਜਾ ਕੇ ਤੁਸੀਂ ਇਹਨਾਂ ਲਈ ਅਪਲਾਈ ਕਰ ਲਓ 올 ਇੰਡੀਆ ਕੈਂਡੀਡੇਟ ਕੁਇਲਿਜੀਬਲ ਇਹਦੇ ਲਈ ਰਹਿੰਦੇ ਨੇ ਹੁਣ ਗੱਲ ਕਰਦੇ ਆ ਥਰਡ ਲਾਸਟ ਨੋਟੀਫਿਕੇਸ਼ਨ ਜਿਹੜਾ ਰਿਕਰੂਟਮੈਂਟ ਨੋਟਿਸ ਹੈ ਜੋ ਕਿ ਮਿਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਗਰ ਵੈਕੈਂਸੀਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਦੋ ਤਰ੍ਹਾਂ ਦੀਆਂ ਵੈਕੈਂਸੀਸ ਨੇ ਪਹਿਲੀ ਵੈਕੈਂਸੀ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ ਸੀਨੀਅਰ ਪ੍ਰੋਕਿਊਰਮੈਂਟ ਐਂਡ ਪ੍ਰੋਜੈਕਟ ਫਾਈਨਾਂਸ ਐਕਸਪਰਟ ਦੀ ਔਰ ਨੈਕਸਟ ਪੋਸਟ ਦੀ ਅਗਰ ਗੱਲ ਕਰੀਏ ਇਸ ਦੇ ਵਿੱਚ ਜਿਹੜੀ ਹੈ ਇੱਕ ਪੋਸਟ ਹੈ ਫੁੱਲ ਟਾਈਮ ਬੇਸਿਸ ਤੇ ਰਹਿੰਦੀ ਹੈ ਜੀ ਇਨੀਸ਼ੀਅਲੀ 1 ਸਾਲ ਦੇ ਲਈ ਜੇ ਤੁਹਾਡੀ ਜਿਹੜੀ ਪਹਿਲਾਂ ਰਹੇਗਾ ਉਹਨੂੰ ਐਕਸਟੈਂਡ ਵੀ ਕੀਤਾ ਜਾ ਸਕਦਾ ਹੈ ਜੀ ਨੈਕਸਟ ਕੁਆਲੀ ਲੀਗਿਬਲ ਨੇ 30 ਸਾਲ ਤੋਂ ਲੈ ਕੇ 45 ਸਾਲ ਤੱਕ ਦੇ ਕੈਂਡੀਡੇਟ ਇਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਕਿ ਜਿਹੜੇ ਕੈਂਡੀਡੇਟ ਕੋਲ ਐਕਸਪੀਰੀਅੰਸ ਹੈਗਾ ਉਹ ਚੈੱਕ ਕਰ ਲੈਣ ਉਹਨਾਂ ਨੇ ਜੀ ਜੀਡੀਵੀ ਡਿਪਾਰਟਮੈਂਟ ਚ ਕਿਹਾ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ 265000 ਥੋੜੀ ਸੈਲਰੀ ਪਰ ਮੰਥ ਰਹਿਣ ਵਾਲੀ ਹੈ ਜੀ 11 ਸਤੰਬਰ 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਵੇਗਾ ਔਰ ਪਰਸਨਲ ਇੰਟਰਵਿਊ ਜਿਹੜੀ ਤੁਹਾਡੀ ਉਹ ਵੀ ਇਹਦੇ ਲਈ ਕੰਡਕਟ ਕੀਤੀ ਜਾਵੇਗੀ ਸੋ ਇਹਨਾਂ ਡੈਕਲੇਸ਼ਨ ਫਾਰਮ ਦਿੱਤਾ ਹੋਇਆ ਜਿਹੜਾ ਤੁਸੀਂ ਭਰ ਕੇ ਨਾਲ ਇਹਨਾਂ ਦਿੱਤੇ ਨੈਕਸਟ ਪੋਸਟ ਦੀ ਅਗਰ ਅਸੀਂ ਗੱਲ ਕਰੀ ਡਿਪਟੀ ਪ੍ਰਕਿਊਰਮੈਂਟ ਐਂਡ ਪ੍ਰੋਜੈਕਟ ਫਾਈਨਾਂਸ ਐਕਸਪਰਟ ਦੀ ਹੈ ਜੀ ਜਿਸ ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਫੁੱਲ ਟਾਈਮ ਇਹ ਤੁਹਾਡੀ ਜਿਹੜੀ ਹੈ ਜੀ ਪੋਸਟ ਰਹਿਣ ਵਾਲੀ ਹੈ ਔਰ ਇਸ ਦੇ ਲਈ ਜਿਹੜੇ ਕੈਂਡੀਡੇਟ ਐਲੀਜੀਬਲ ਹੋਣਗੇ 30 ਤੋਂ 45 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਪੋਸਟ ਗ੍ਰੈਜੂਏਸ਼ਨ ਫਾਈਨਾਂਸ ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚ ਅਗਰ ਤੁਸੀਂ ਕੀਤੀ ਹੋਈ ਹੈ ਆਡਿਟਿੰਗ ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ 1,50,000 ਤੁਹਾਡੀ ਸੈਲਰੀ ਪਰ ਮੰਥ ਰਹਿਣ ਵਾਲੀ ਹੈ ਔਰ ਦਿੱਲੀ ਦਾ ਸਾਰੇ ਐਪਲੀਕੇਸ਼ਨ ਫਾਰਮ ਜਿਹੜੇ ਤੁਹਾਡੇ ਹੋਣਗੇ ਉਹ ਤੁਸੀਂ ਇਹਨਾਂ ਨੂੰ ਭੇਜਨੇ ਹੋਣਗੇ ਜੋ ਕਿ ਇਹਨਾਂ ਦੀ ਆਈਡੀ ਹੈਗੀ ਹੈ ਜੀ ਕਮਿਸ਼ਨਰ mc@gmail.com ਔਰ ਤੁਸੀਂ ਨਾਲ ਲਿਖਣਾ ਵੀ ਹੈ ਸਬਜੈਕਟ ਨੇਮ ਦੇ ਵਿੱਚ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਜਿਹੜੀ ਪੋਸਟ ਹੈ ਉਹਦਾ ਲਿਖ ਕੇ ਦਿੱਤੇ ਗਏ ਈਮੇਲ ਐਡਰੈਸ ਦੇ ਉੱਪਰ ਸ਼ੇਅਰ ਕਰ ਦੇਣਾ ਹੈ ਇਹ ਨਾਲ ਤੁਸੀਂ ਰਿਸ਼ਨ ਫਾਰਮ ਜਿਹੜਾ ਹੈ ਜੀ ਉਹ ਵੀ 셀ਵ ਟੈਸਟਡ ਕਰਕੇ ਇਹਨਾਂ ਨੂੰ ਭੇਜਣਾ ਹੋਏਗਾ ਸੋ ਇਹ ਪੂਰਾ ਨੋਟੀਫਿਕੇਸ਼ਨ ਜਿਹੜਾ ਹੈ ਜੀ ਤੁਹਾਨੂੰ ਇਹਦੀ ਵੈਬਸਾਈਟ ਤੇ ਵੀ ਮਿਲ ਜਾਏਗਾ ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਚ ਸਾਰੇ ਦੇ ਦਵਾਂਗਾ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ